ਦੂਜੀ ਮਾਫੀ ਮੰਗਣ ਦੀ ਬੜੀ ਦੂਰ ਦੀ ਗੱਲ ਆ। ਅਸੀਂ ਤਾਂ ਖੁਦ ਇਹਨਾਂ ਨੂੰ ਫਿਰ ਇਹਨਾਂ ਨੂੰ ਦੁਬਾਰਾ ਤਾੜਨਾ ਕਰ ਰਹੇ ਹਾਂ ਔਰ ਇਹਨਾਂ 'ਤੇ ਕਾਨੂੰਨੀ ਕਾਰਵਾਈ ਅਸੀਂ ਹੁਣ ਆਪ ਕਰਾਂਗੇ। ਹਾਂ, ਮਾਫੀ ਤਾਂ ਪਾਸਟਰ ਬਲਜਿੰਦਰ ਨੂੰ ਆਪ ਮੰਗਣੀ ਚਾਹੀਦੀ ਆ, ਜਿੰਨੇ ਜਿਹੜੇ ਹਲੇਲੂਇਆ ਸ਼ਬਦ ਦੀ ਔਰ ਚਰਚ ਦੇ ਵਿੱਚ ਜੋ ਇੱਦਾਂ ਦੇ ਅਦਾਕਾਰਾਂ ਬੁਲਾ ਕੇ ਅਸ਼ਲੀਲਤਾ ਫੈਲਾਈ ਆ ਉਹਨਾਂ ਨੂੰ, ਹਾਂ ਧਾਰਮਿਕ ਸਟੇਜ ਦੇ ਵਿੱਚ ਜਿਹੜੀ ਅਸ਼ਲੀਲਤਾ ਫੈਲਾਈ ਆ ਇਹਨਾਂ ਨੂੰ ਆਪ ਮਾਫੀ ਮੰਗਣੀ ਚਾਹੀਦੀ ਆ। ਅਸੀਂ ਕਲਾਕਾਰਾਂ ਦੇ ਵਿਰੁੱਧ ਨਹੀਂ ਆ, ਕਲਾਕਾਰ ਨੂੰ ਬੁਲਾਉਣ, ਮਗਰ ਬੇਨਤੀ ਇਹ ਆ ਵੀ ਜਿਹੜੀ ਉੱਥੋਂ ਦੀ ਮਾਨ ਮਰਿਆਦਾ ਵਾ ਉਹਨੂੰ ਜ਼ਰੂਰ ਉਹਨੂੰ ਧਿਆਨ ਰੱਖ ਕੇ ਉੱਦਾਂ ਚੱਲਣਾ ਚਾਹੀਦਾ ਵਾ। ਦੇਖੋ ਸਾਰੇ ਧਾਰਮਿਕ ਸਥਾਨਾਂ 'ਤੇ ਕਲਾਕਾਰ ਹੁੰਦੇ ਨੇ, ਗੋਲਡਨ ਟੈਂਪਲ 'ਚ ਕਲਾਕਾਰ ਜਾਂਦੇ ਨੇ, ਕਿ ਤੁਸੀਂ ਦੇਖਿਆ ਉੱਥੇ ਕੋਈ ਇੱਦਾਂ ਦੀ ਕੋਈ ਅਸ਼ਲੀਲਤਾ ਫੈਲਾਉਂਦੇ ਹੋਣ? ਕਿਉਂਕਿ ਕੋਈ ਵੀ ਧਰਮ ਜਿਹੜਾ ਅਸ਼ਲੀਲਤਾ ਨੂੰ ਜਿਹੜਾ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਵੀ ਧਰਮ ਸਥਾਨ ਦੇ ਵਿੱਚ ਜਿਹੜੀ ਅਸ਼ਲੀਲਤਾ ਫੈਲਾਈ ਜਾਵੇ। ਜਬ ਮੈਂ 8ਵੀਂ ਕਲਾਸ ਮੇਂ ਥਾ ਤਬ ਮੈਂ ਮਹਿਮਾ ਚੌਧਰੀ ਜੀ ਕਾ ਦੀਵਾਨਾ ਥਾ। ਹਾਲੇਲੂਇਆ, ਛੂਟ ਨਹੀਂ ਬੋਲ ਰਹਾ ਹੂੰ, ਲੇਕਿਨ ਅਬ ਪਾਪ ਛੋੜ ਦਿਆ ਹੈ, ਅਬ ਯੀਸ਼ੂ ਮਸੀਹ ਮੇਂ ਆ ਗਏ ਹੈਂ। ਆਮੇਨ। ਛੋਟੀ ਸੀ ਉਮਰ ਮੇਂ ਮੁਝੇ ਬਹੁਤ ਅੱਛੀ ਲਗਤੀ ਥੀ ਮਹਿਮਾ ਚੌਧਰੀ ਜੀ। ਤਾਜਪੁਰ ਚਰਚ ਅਤੇ ਖਾਂਬੜਾ ਚਰਚ ਦੀ ਮਿਨਿਸਟਰੀ ਹੋਈ ਅਮਨੂ ਸਾਹਮਣੇ। ਤਾਜਪੁਰ ਚਰਚ ਦੇ ਪ੍ਰਧਾਨ ਅਤੇ ਖਾਂਬੜਾ ਚਰਚ ਦੇ ਪ੍ਰਧਾਨ ਨੇ ਇੱਕ ਦੂਜੇ ਦੇ ਖਿਲਾਫ ਕੀਤੀ ਪ੍ਰੈਸ ਕਾਨਫਰੰਸ। ਤੁਹਾਨੂੰ ਦੱਸ ਦੇ ਕਿ ਪਿਛਲੇ ਦਿਨ ਹੀ ਤਾਜਪੁਰ ਚਰਚ ਦੇ ਪ੍ਰਧਾਨ ਨੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ, ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਪਾਸਟਰ ਅੰਕੁਨ ਰੂਲਾ ਨੇ ਸਾਡੇ ਪਾਸਟਰ ਬਲਜਿੰਦਰ ਸਿੰਘ 'ਤੇ ਗਲਤ ਟਿੱਪਣੀ ਕੀਤੀ ਹੈ ਅਤੇ ਜਿਸ ਗੱਲ ਨੂੰ ਲੈ ਕੇ ਪਾਸਟਰ ਅੰਕੁਨ ਰੂਲਾ ਸਾਡੇ ਤੋਂ ਮਾਫੀ ਮੰਗੇ। ਅਤੇ ਅੱਜ ਉੱਤੇ ਹੀ ਖਾਂਬੜਾ ਚਰਚ ਦੇ ਪ੍ਰਧਾਨ ਗੌਰਵ ਅਤੇ ਉਹਨਾਂ ਦੇ ਸਮਰਥਕਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਜਿੱਥੇ ਉਹਨਾਂ ਨੇ ਮਾਫੀ ਦੀ ਗੱਲ ਨੂੰ ਨਕਾਰਦੇ ਹੋਏ ਤਾਜਪੁਰ ਚਰਚ ਦੇ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਤੁਹਾਨੂੰ ਦੱਸ ਦੇ ਕਿ 25 ਦਸੰਬਰ ਨੂੰ ਤਾਜਪੁਰ ਚਰਚ ਦੇ ਵਿੱਚ ਬਾਲੀਵੁੱਡ ਦੇ ਕਲਾਕਾਰ ਆਏ ਸੀ ਅਤੇ ਜਿਸ ਨੂੰ ਲੈ ਕੇ ਸਾਰਾ ਵਿਵਾਦ ਖੜ੍ਹਾ ਹੋ ਗਿਆ ਅਤੇ ਹੁਣ ਦੋਵੇਂ ਮਿਨਿਸਟਰੀਆਂ ਦੇ ਵੱਲੋਂ ਇੱਕ ਦੂਸਰੇ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਕਿਸ ਵੀਡੀਓ ਤੋਂ ਇਹ ਸਾਰਾ ਮਸਲਾ ਖੜ੍ਹਾ ਹੋ ਗਿਆ। ਆਓ ਤੁਹਾਨੂੰ ਪਹਿਲਾਂ ਉਹ ਵੀਡੀਓ ਸੁਣਾਉਂਦੇ ਹਾਂ। ਜਬ ਮੈਂ 8ਵੀਂ ਕਲਾਸ ਮੇਂ ਥਾ ਤਬ ਮੈਂ ਮਹਿਮਾ ਚੌਧਰੀ ਜੀ ਕਾ ਦੀਵਾਨਾ ਥਾ। ਹਾਲੇਲੂਇਆ, ਛੂਟ ਨਹੀਂ ਬੋਲ ਰਹਾ ਹੂੰ, ਲੇਕਿਨ ਅਬ ਪਾਪ ਛੋੜ ਦਿਆ ਹੈ, ਅਬ ਯੀਸ਼ੂ ਮਸੀਹ ਮੇਂ ਆ ਗਏ ਹੈਂ। ਆਮੇਨ। ਛੋਟੀ ਸੀ ਉਮਰ ਮੇਂ ਮੁਝੇ ਬਹੁਤ ਅੱਛੀ ਲਗਤੀ ਥੀ ਮਹਿਮਾ ਚੌਧਰੀ ਜੀ। ਪਵਿੱਤਰ ਆਤਮਾ ਕਾ ਦੇਖੋ ਲਿਖਾ ਕਿ ਉਸਕੋ ਸ਼ੋਕਿਤ ਮਤ ਕਰੋ ਔਰ ਇਮੈਜਿਨ ਕਰੋ ਐਸੇ ਵੀ ਯਹਾਂ ਪਰ ਗਧੇ ਵੀ ਹੈ, ਐਸੇ ਐਸੇ ਲੋਕ ਜਿਨਕੋ ਅਕਲ ਨਹੀਂ ਹੈ ਔਰ ਪੁਲਪਟ ਕੇ ਉੱਪਰ ਐਸੇ ਐਸੇ ਵਰਡਸ ਕੋ ਜੋ ਵਲਗਰ ਹੈ ਲੋਕੋ ਕੇ ਲੀਏ ਬੋਲਾ ਗਿਆ, ਲੋਕੋ ਨੇ ਸੁਨਾ ਔਰ ਇਮੈਜਿਨ ਕਰੋ ਪਵਿੱਤਰ ਆਤਮਾ ਉਨਸੇ ਕਿਤਨਾ ਸ਼ੋਕਿਤ ਹੋਗਾ। ਬਾਈਬਲ ਤੋ ਕਹਿਤੀ ਹੈ ਤੇਰੇ ਮੂੰਹ ਸੇ ਕੋਈ ਗੰਦੀ ਬਾਤ ਨਾ ਨਿਕਲੇ, ਲੇਕਿਨ ਆਜ ਜਬ ਚਰਚਿਸ ਮੇਂ ਬਕਵਾਸ ਬਾਤੋਂ ਕੋ ਹੋਤੇ ਹੋਏ ਹਮ ਦੇਖਤੇ ਹੈ ਤੋ ਬਹੁਤ ਦੁੱਖ ਪਹੁੰਚਤਾ ਹੈ। ਅੱਛੀ ਬਾਤ ਹੈ ਲੋਕੋ ਕੋ ਆਪ ਬੁਲਾਏ, ਲੇਕਿਨ ਕਹਾਂ ਕਿਤਨਾ ਕਿਆ ਰੱਖਣਾ ਹੈ, ਕਿਉਂਕਿ ਹਮ ਵੀ ਲੋਕੋ ਸੇ ਉਨ ਸੇ ਪਿਆਰ ਕਰਤੇ ਜੋ ਅੰਨੇ ਜਾਤੀਆਂ ਹੈ ਔਰ ਅਭੀ ਵੀ ਕਰਤੇ ਹੈ, ਉਨਕਾ ਕਸੂਰ ਨਹੀਂ, ਲੇਕਿਨ ਜੋ ਸਪਿਰਿਚੁਅਲ ਲੀਡਰਸ ਹੈ ਉਨਕਾ ਕਸੂਰ ਹੈ ਕਿ ਵੋ ਬੇਅਕਲ ਹੈ, ਉਹਨੇ ਮਾਲੂਮ ਨਹੀਂ ਕਿ ਹਮ ਕਿਸ ਤਰ੍ਹਾਂ ਸੇ ਹਮਕੋ ਪਰਮੇਸ਼ਵਰ ਕੀ ਸੇਵਕਾਈ ਕੋ ਆਗੇ ਲੈ ਕੇ ਜਾ। ਅੱਜ ਜਿਹੜੀ ਤੁਸੀਂ ਹੁਣੇ ਵੀਡੀਓ ਦੇਖੀ ਹੈ, ਦਰਅਸਲ ਇਸ ਵੀਡੀਓ ਤੋਂ ਹੀ ਸਾਰਾ ਮਸਲਾ ਸ਼ੁਰੂ ਹੋਇਆ ਹੈ। ਪਹਿਲਾਂ ਤਾਜਪੁਰ ਚਰਚ ਦੇ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਪਾਸਟਰ ਅੰਕੁਨ ਰੂਲਾ ਨੇ ਸਾਡੇ ਪਾਸਟਰ ਬਲਜਿੰਦਰ 'ਤੇ ਗਲਤ ਟਿੱਪਣੀ ਕੀਤੀ ਹੈ। ਅਤੇ ਅੱਜ ਖਾਂਬੜਾ ਚਰਚ ਦੇ ਪ੍ਰਧਾਨ ਗੌਰਵ ਮਸੀਹ ਨੇ ਤਾਜਪੁਰ ਚਰਚ ਦੇ ਦੋਸ਼ਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਤਾਜਪੁਰ ਚਰਚ ਦੇ ਵਿੱਚ ਪ੍ਰਭੂ ਯੀਸ਼ੂ ਜੀ ਦੇ ਜਨਮ ਦਿਨ ਮੌਕੇ ਅਸ਼ਲੀਲਤਾ ਫੈਲਾਈ ਗਈ ਹੈ। ਸਟੇਜ 'ਤੇ ਆਏ ਕਲਾਕਾਰਾਂ ਦੇ ਨਾਲ ਪਾਸਟਰ ਬਲਜਿੰਦਰ
ਅਸ਼ਲੀਲ ਗੱਲਾਂ ਕਰ ਰਹੇ ਸੀ। ਇਸ ਦੇ ਨਾਲ ਸਮਾਜ ਤੇ ਮਾੜਾ ਅਸਰ ਪਵੇਗਾ। ਤੁਹਾਨੂੰ ਦੱਸਣਾ ਚਾਹੁੰਦਾ ਵੀ ਵਰਲਡ ਦੀ ਜਿਹੜੀ ਸਭ ਤੋਂ ਵੱਡੀ ਚਰਚ ਜਿਹੜੀ ਅਸ਼ਟਰੰਗ ਨੂਲਾ ਮਿਨਿਸਟਰੀ ਦੀ ਹੈਗੀ ਆ, ਸਾਡੀਆਂ 100 ਤੋਂ ਵੱਧ ਬ੍ਰਾਂਚਾਂ ਹੈਗੀਆਂ ਔਰ ਸਾਡੀਆਂ ਫੋਰਨ ਦੇ ਵਿੱਚ, ਇੰਡੀਆ ਦੇ ਵਿੱਚ ਹਰ ਥਾਂ ਦੇ ਬ੍ਰਾਂਚਾਂ ਪੂਰੇ ਵਿਸ਼ਵ ਦੇ ਵਿੱਚ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ। ਔਰ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਸੰਦੇਸ਼ ਦੇਣਾ ਚਾਹੁੰਦਾ ਵੀ ਜੋ ਕੰਮ ਪਾਸਟਰ ਬਲਜਿੰਦਰ ਨੇ ਕੀਤਾ ਆਪਣੀ ਚਰਚ ਦੇ ਵਿੱਚ, ਕੋਈ ਵੀ ਪਾਸਟਰ ਇੱਦਾਂ ਦਾ ਕੰਮ ਨਾ ਕਰੇ, ਕਿਉਂਕਿ ਜਿਹਦੇ ਨਾਲ ਜਿਹੜੀ ਆ ਬਾਕੀ ਜਿਹੜੇ ਸਾਡੇ ਭਾਈਚਾਰੇ ਅਸ਼ਲੀਲਤਾ ਫੈਲਦੀ ਆ। ਅਸੀਂ ਕਿਸੇ ਨੂੰ ਕੋਈ ਹਾਲੇ ਸ਼ਿਕਾਇਤ ਨਹੀਂ ਦੇ ਰਹੇ, ਅਸੀਂ ਤੇ ਜਿਹੜੀ ਉਹਨਾਂ ਦੀ ਗੱਲ ਦਾ ਜਵਾਬ ਦੇ ਰਹੇ ਹਾਂ। ਅਗਰ ਕੱਲ ਨੂੰ ਫਿਰ ਉਹ ਕੋਈ ਇਹੋ ਜਿਹਾ ਕੰਮ ਕਰਦੇ ਆ ਫਿਰ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਅਸੀਂ ਕਰਾਂਗੇ। ਮਾਫੀ ਮੰਗਦੇ ਹਾਂ ਇਸ ਕਰਕੇ, ਕਹਿੰਦੇ ਕਿ ਸਾਡੀ ਵੀਡੀਓ ਐਡਿਟ ਕਰਕੇ ਉਹਨੂੰ ਛਵੀ ਬਦਨਾਮ ਕਰਨ ਦੀ। ਮੈਂ ਕਹਾਂ ਜੀ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸਾਰੀਆਂ ਵੀਡੀਓ ਦੇ ਦੇਣਾ, ਲੈਪਟਾਪ ਤੁਹਾਨੂੰ ਦਿਖਾਤਾ, ਅਸੀਂ ਤਾਂ ਕੋਈ ਵੀਡੀਓ ਕੱਟੀ ਨਹੀਂ ਪ੍ਰੋਪਰ, ਜੋ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਤੁਸੀਂ ਹੁਣੇ ਭਰੋ ਆਪਣੇ ਇੱਥੇ ਫੇਸਬੁੱਕ ਦੇ ਪਾਸਟਰ ਬਲਜਿੰਦਰ ਮਿਨਿਸਟਰੀ, ਹਰ ਕੋਈ ਦੇਖ ਰਿਹਾ, ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕਿੱਦਾਂ ਅਸ਼ਲੀਲਤਾ ਜਿਹੜੀ ਫੈਲਾਈ ਗਈ ਹੈ, ਕਿੱਦਾਂ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਵਾ। ਇਹਨੂੰ ਕਿਸੇ ਨੇ ਕੋਈ ਕੱਟ ਵੱਧ ਕੇ ਪੇਸ਼ ਨਹੀਂ ਕਿਸੇ ਦੇ ਸਾਹਮਣੇ ਕੀਤਾ, ਤੁਸੀਂ ਖੁਦ ਦੇਖ ਸਕਦੇ ਹੋ, ਤੁਸੀਂ ਉਹ ਦੇਖ ਕੇ ਤੁਸੀਂ ਆਪ ਨਤਾਰਾ ਕਰ ਸਕਦੇ ਹੋ। ਗੱਲ ਦੱਸਦੇ ਹਾਂ ਵੀ ਪਾਸਟਰ ਜੀ ਨੇ ਕੋਈ ਵੀ ਗਲਤ ਗੱਲ ਨਹੀਂ ਕਹੀ ਵੀ ਜਿਹੜਾ ਉਹਨਾਂ ਨੂੰ ਮਾਫੀ ਮੰਗਣੀ ਪਵੇ। ਦੂਜੀ ਮਾਫੀ ਮੰਗਣ ਦੀ ਬੜੀ ਦੂਰ ਦੀ ਗੱਲ ਆ, ਅਸੀਂ ਤਾਂ ਖੁਦ ਇਹਨਾਂ ਨੂੰ ਫਿਰ ਇਹਨਾਂ ਨੂੰ ਦੁਬਾਰਾ ਤਾੜਨਾ ਕਰ ਰਹੇ ਹਾਂ ਔਰ ਇਹਨਾਂ ਦੇ ਕਾਨੂੰਨੀ ਕਾਰਵਾਈ ਅਸੀਂ ਹੁਣ ਆਪ ਕਰਾਂਗੇ, ਕਿਉਂਕਿ ਇਹ ਬੇਅਦਬੀ। ਹਾਂ, ਮਾਫੀ ਤਾਂ ਪਾਸਟਰ ਬਲਜਿੰਦਰ ਨੂੰ ਆਪ ਮੰਗਣੀ ਚਾਹੀਦੀ ਆ, ਜਿਹਨੇ ਜਿਹੜੇ ਹਲੇ ਲੁਈਆ ਸ਼ਬਦ ਦੀ ਔਰ ਚਰਚ ਦੇ ਵਿੱਚ ਜੋ ਇੱਦਾਂ ਦੇ ਅਦਾਕਾਰਾਂ ਬੁਲਾ ਕੇ ਅਸ਼ਲੀਲਤਾ ਫੈਲਾਈ ਆ ਉਹਨਾਂ ਨੂੰ, ਹਾਂ ਧਾਰਮਿਕ ਸਟੇਜ ਦੇ ਵਿੱਚ ਜਿਹੜੀ ਅਸ਼ਲੀਲਤਾ ਫੈਲਾਈ ਆ ਇਹਨਾਂ ਨੂੰ ਆਪ ਮਾਫੀ ਮੰਗਣੀ ਚਾਹੀਦੀ ਆ। ਅਸੀਂ ਕਲਾਕਾਰਾਂ ਦੇ ਵਿਰੁੱਧ ਨਹੀਂ ਆ, ਕਲਾਕਾਰ ਨੂੰ ਬੁਲਾਉਣ, ਮਗਰ ਬੇਨਤੀ ਇਹ ਆ ਵੀ ਜਿਹੜੀ ਉੱਥੋਂ ਦੀ ਮਾਨ ਮਰਿਆਦਾ ਵਾ ਉਹਨੂੰ ਜ਼ਰੂਰ ਉਹਨੂੰ ਧਿਆਨ ਰੱਖ ਕੇ ਉਹਦਾ ਚੱਲਣਾ ਚਾਹੀਦਾ ਵਾ। ਦੇਖੋ ਸਾਰੇ ਧਾਰਮਿਕ ਸਥਾਨਾਂ 'ਤੇ ਕਲਾਕਾਰ ਹੁੰਦੇ ਨੇ, ਗੋਲਡਨ ਟੈਂਪਲ 'ਚ ਕਲਾਕਾਰ ਜਾਂਦੇ ਨੇ, ਕਿ ਤੁਸੀਂ ਦੇਖਿਆ ਉੱਥੇ ਕੋਈ ਇੱਦਾਂ ਦੀ ਕੋਈ ਅਸ਼ਲੀਲਤਾ ਫੈਲਾਉਂਦੇ ਹੋਣ, ਕਿਉਂਕਿ ਕੋਈ ਵੀ ਧਰਮ ਜਿਹੜਾ ਅਸ਼ਲੀਲਤਾ ਨੂੰ ਜਿਹੜਾ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਵੀ ਧਰਮ ਸਥਾਨ ਦੇ ਵਿੱਚ ਜਿਹੜੀ ਅਸ਼ਲੀਲਤਾ ਫੈਲਾਈ ਜਾਵੇ। ਪਰਮੇਸ਼ਵਰ ਦੇ ਦਾਸ ਜਿਹੜੇ ਨੇ ਉਹ ਪ੍ਰਭੂ ਦੀ ਸੇਵਾ ਨੂੰ ਕਰ ਰਹੇ ਨੇ, ਇਹ ਸਾਰੇ ਜਿਹੜੇ ਜਿੱਦਾਂ ਪਾਸਟਰ ਸੂਰਜ ਭਾਨ ਜੀ ਨੇ ਇਹ ਲੁਧਿਆਣਾ 'ਚ ਸੇਵਾ ਕਰਦੇ ਨੇ, ਪਾਸਟਰ ਰਣਜੀਤ ਸੰਧੂ ਜੀ ਨੇ, ਅਮ੍ਰਿਤ ਸੰਧੂ ਜੀ ਨੇ, ਪਾਸਟਰ ਪੰਕਜ ਰੰਧਾਵਾ ਜੀ ਨੇ, ਆ ਪਾਸਟਰ ਆਪਣਾ ਸੰਦੀਪ ਪੌਲ ਜੀ ਨੇ, ਪਾਸਟਰ ਸਿਕੰਦਰ ਜੀ ਨੇ, ਫਿਰ ਅਸੀਂ ਤਾਂ ਸਾਰੇ ਪਾਸਟਰਾਂ ਨੂੰ ਨਾਲ ਲੈ ਕੇ ਚੱਲਦੇ ਹਾਂ। ਅੱਜ ਤੱਕ ਤੁਸੀਂ ਦੇਖਿਆ ਹੋਏਗਾ ਜਿੱਥੇ ਵੀ ਕਿਤੇ ਮਸੀਹ ਭਾਈਚਾਰੇ ਨੂੰ ਲੈ ਕੇ ਕੋਈ ਵੀ ਗੱਲ ਉੱਠਦੀ ਆ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਉੱਥੇ ਜਾ ਕੇ ਸਟੈਂਡ ਲੈਂਦੀ ਹੈ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਏਗਾ ਵੀ ਤਰਨ ਤਾਰਨ ਦੇ ਵਿੱਚ ਕ੍ਰਿਸਮਿਸ ਮਨਾਇਆ ਜਾ ਰਿਹਾ ਸੀ, ਉੱਥੇ ਜਿਹੜਾ ਇੱਕ ਸਾਡੇ ਭਰਾ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰਤੀ, ਉੱਥੇ ਤਾਂ ਨਹੀਂ ਕੋਈ ਪਾਸਟਰ ਬਲਜਿੰਦਰ ਦਾ ਬੰਦਾ ਪਹੁੰਚਿਆ, ਉੱਥੇ ਤਾਂ ਨਹੀਂ ਕੋਈ ਬੰਦਾ ਪਹੁੰਚਿਆ, ਉੱਥੇ ਅੰਕਲ ਨੂਲਾ ਮਿਨਿਸਟਰੀ ਦੀ ਟੀਮ ਪਹੁੰਚੀ, ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀ ਟੀਮ ਪਹੁੰਚੀ। ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੇ ਪਰਮੇਸ਼ਵਰ ਤੋਂ ਛੋਟੇ ਦਾਸ ਨੇ ਸਾਡੇ ਸਤਿਕਾਰ ਦੇ ਯੋਗ ਨੇ, ਅਸੀਂ ਪਾਸਟਰ ਬਲਜਿੰਦਰ ਜੀ ਦਾ ਵੀ ਆਦਰ ਮਾਨ ਸਤਿਕਾਰ ਕਰਦੇ ਹਾਂ, ਅਸੀਂ ਉਹਨਾਂ ਨੂੰ ਵੀ ਪਿਆਰ ਕਰਦੇ ਹਾਂ ਕਿਉਂਕਿ ਬਾਈਬਲ ਸਾਨੂੰ ਪਿਆਰ ਕਰਨਾ ਸਿਖਾਉਂਦੀ ਆ, ਸਾਡੇ ਫਾਦਰ ਅਪੋਸਟਲ ਅੰਕਲ ਨੂਲਾ ਜੀ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ। ਮਗਰ ਜੇ ਕੋਈ ਸਾਡੇ ਘਰ ਦੇ ਵਿੱਚ ਰਹਿ ਕੇ ਬੰਦਾ ਕੋਈ ਗਲਤ ਕੰਮ ਕਰੇਗਾ ਔਰ ਸਾਡਾ ਫਰਜ਼ ਬੰਦਾ ਨੂੰ ਦੱਸਣਾ ਵੀ ਭਾਈ ਤੂੰ ਇਹ ਕੰਮ ਗਲਤ ਕਰ ਰਿਹਾ, ਇਹ ਨਾ ਕਰ, ਇਹਦੇ ਨਾਲ ਸਾਡੀਆਂ ਸਾਰਿਆਂ ਦੀ ਭਾਵਨਾ ਨੂੰ ਡੂੰਘੀ ਠੇਸ ਪਹੁੰਚਦੀ। ਤਾਜਪੁਰ ਚਰਚ ਵਿੱਚ ਹੋਇਆ, ਹੋ ਸਕਦਾ ਤਾਜਪੁਰ ਚਰਚ ਤੋਂ ਪਹਿਲਾਂ ਵੀ ਕੁਛ ਜਗ੍ਹਾ 'ਤੇ ਹੁੰਦਾ ਹੋਵੇ, ਸਾਡੇ ਨੋਟਿਸ 'ਚ ਨਹੀਂ ਆਇਆ। ਜੋ ਉੱਥੇ ਸਾਡੇ ਜਿਹੜੀ ਚਰਚ ਦੇ ਵਿੱਚ ਪਵਿੱਤਰ ਜਗ੍ਹਾ ਹੁੰਦੀ ਆ ਉਹਨੂੰ ਅਸੀਂ ਪੁਲਪਟ ਕਹਿੰਦੇ। ਪੁਲਪਟ ਦਾ ਮਤਲਬ ਇਹ ਹੁੰਦਾ ਕਿ ਉਹ ਜਗ੍ਹਾ ਜਿੱਥੇ ਪਵਿੱਤਰ ਸ਼ਾਸਤਰ ਦੇ ਵਿੱਚੋਂ ਪਵਿੱਤਰ ਵਚਨ ਦੱਸਿਆ ਜਾਂਦਾ, ਉਸ ਦੇ ਉੱਤੇ ਕਿਸੇ ਵੀ ਬੰਦੇ ਨੂੰ ਹੋਰ ਨੂੰ ਯਾਨੀ ਕਿ ਪ੍ਰੀਸਟ ਤੋਂ ਇਲਾਵਾ ਕਿਸੇ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਉਸ ਸਟੇਜ ਦੇ ਉੱਤੇ ਕਿਸੇ ਬੰਦੇ ਨੇ ਵੀ ਹੋਰ ਕੋਈ ਗੱਲ ਨਹੀਂ ਕਰ ਸਕਦਾ ਸਵਾਇ ਪਵਿੱਤਰ ਗ੍ਰੰਥ ਤੋਂ ਇਲਾਵਾ। ਔਰ ਇਹ ਜਿਹੜਾ ਤਾਜਪੁਰ ਚਰਚ ਦੇ ਵਿੱਚ
ਇਹਨਾਂ ਨੇ ਜਿਹੜਾ ਫਿਲਮੀ ਕਲਾਕਾਰਾਂ ਨੂੰ ਬਣਾ ਕੇ ਸਟੇਜ 'ਤੇ ਚੜ੍ਹਾ ਕੇ ਜੋ ਉਹਨਾਂ ਨੇ ਨਾਚ ਰੰਗ ਜਾਂ ਬਾਕੀ ਗੱਲਾਂ ਬਾਤਾਂ ਕੀਤੀਆਂ ਨੇ ਉਹ ਸਾਡੀ ਪਵਿੱਤਰ ਬਾਈਬਲ ਦੇ ਪਰੰਪਰਾਵਾਂ ਦੇ ਵਿਰੁੱਧ ਆ ਔਰ ਜਿਹੜਾ ਸਾਡਾ ਕ੍ਰਿਸਚਨ ਧਰਮ ਦਾ ਜਿਹੜਾ ਕਲਚਰ ਆ ਜਿਹੜਾ ਸੱਭਿਆਚਾਰ ਆ ਉਹਦੇ ਵੀ ਟੋਟਲੀ ਵਿਰੁੱਧ ਆ ਅਸੀਂ ਉਹਨਾਂ ਦੇ ਇਹ ਸਾਰੇ ਜਿਹੜਾ ਉਹਨਾਂ ਨੇ ਕੰਮ ਕੀਤਾ ਅਸੀਂ ਟੋਟਲੀ ਉਹਦਾ ਵਿਰੋਧ ਕਰਦੇ ਹਾਂ ਔਰ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਅਸੀਂ ਦੂਜੇ ਚਰਚਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਹੋਰ ਵੀ ਮਿਨਿਸਟਰੀਜ਼ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਵੀ ਇਹ ਤਾੜਨਾ ਦੇਣੀ ਚਾਹੁੰਦੇ ਹਾਂ ਕਿ ਇਨ ਫਿਊਚਰ ਇਸ ਤਰੀਕੇ ਦੀਆਂ ਜਿਹੜੀਆਂ ਪਵਿੱਤਰ ਬਾਈਬਲ ਦੇ ਵਿਰੁੱਧ ਗੱਲਾਂ ਨੇ ਜਾਂ ਵਿਰੁੱਧ ਸਿਸਟਮ ਆ ਉਹਨੂੰ ਚਰਚ ਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਨਾ ਕੀਤੀ ਜਾਵੇ ਔਰ ਜੋ ਵੀ ਕੰਡੂਲਾ ਜੀ ਨੇ ਜੋ ਗੱਲ ਕੀਤੀ ਆ ਸਾਡੇ ਪ੍ਰੋਫਿਟ ਅਪੋਸਟਲ ਕੰਡੂਲਾ ਜੀ ਨੇ ਜੋ ਗੱਲ ਉਹਨਾਂ ਨੂੰ ਕਹੀ ਆ ਅਸੀਂ ਟੋਟਲੀ ਉਹਨਾਂ ਦੇ ਨਾਲ ਆ ਉਹਨਾਂ ਨੇ ਜੋ ਕਿਹਾ ਉਹ ਸਹੀ ਕਿਹਾ ਔਰ ਅਸੀਂ ਉਹਨਾਂ ਦੀ ਪੂਰੀ ਤੌਰ ਹਮਾਇਤ ਕਰਦੇ ਹਾਂ ਔਰ ਇਨ ਫਿਊਚਰ ਵੀ ਜੇਕਰ ਕੋਈ ਵੀ ਚਰਚ ਇਸ ਤਰੀਕੇ ਦੀ ਘਟਨਾ ਕਰੇਗਾ ਜਿਹੜਾ ਪੁੱਤਰ ਬਾਈਬਲ ਦੇ ਵਿਰੁੱਧ ਚੱਲੇਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ।